ਜੀ ਕਾਲ ਜੀ ਸਵਾਗਤ ਹੈ ਰੋਜ਼ਾਨਾ ਟਾਈਮਜ਼ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਮੈਂ ਤਰਨਦੀਪ ਸਿੰਘ ਅ ਜੀਰਾ ਦੇ ਵਿੱਚ ਜੋ ਸਰਾਫ ਫੈਕਟਰੀ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਸਾਨ ਜਥੇਬੰਦੇ ਤੇ ਸਥਾਨਿਕ ਲੋਕਾਂ ਦੇ ਵੱਲੋਂ ਉੱਥੇ ਹੀ ਹੁਣ ਪੁਲਿਸ ਵੱਲੋਂ ਵੱਲ ਪ੍ਰਯੋਗ ਕੀਤਾ ਗਿਆ ਤੇ ਧਰਨਾਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹਲਕਾ ਲਾਠੀ ਚਾਰਜ ਕੀਤਾ ਗਿਆ ਤੇ ਐਸਐਸਪੀ ਜੋ ਜੀਰਾ ਦੇ ਉਹਨਾਂ ਦਾ ਬਿਆਨ ਸਾਹਮਣੇ ਆਇਆ ਹੈ ਕਿ ਜੋ ਮੇਨ ਰੋਡ ਤੇ ਜੋ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਜਿਹੜਾ ਮਨਸੂਰਪੁਰ ਪਿੰਡ ਦੇ ਵਿੱਚ ਜੋ ਫੈਕਟਰੀ ਦੇ ਵਾਰਸਾ ਫੈਕਟਰੀ ਦੇ ਵਾਰ ਪਰਦਰਸ਼ਨ ਉਸੇ ਤਰ੍ਹਾਂ ਕੀਤਾ ਜਾ ਰਿਹਾ ਹੈ ਉਸੇ ਤਰ੍ਹਾਂ ਧਰਨਾ ਦਿੱਤਾ ਗਿਆ ਲੋਕਾਂ ਦੇ ਵੱਲੋਂ ਪਰ ਐਸਐਸਪੀ ਦਾ ਕਹਿਣਾ ਹੈ ਕਿ ਮਾਨਯੋਗ ਅਦਾਲਤ ਦੇ ਹੁਕਮਾਂ ਦੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ ਧਰਨਾ ਹੈ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੋਇਆ ਹੈ ਉੱਥੇ ਪਾਠ ਚੱਲ ਰਿਹਾ ਹੈ ਕੀਰਤਨ ਸ਼ੁਰੂ ਹੋਣ ਵਾਲਾ ਹੈ ਉੱਥੇ ਬਿਲਕੁਲ ਸ਼ਾਂਤੀਪੂਰਵਕ ਮਾਹੌਲ ਹੈ ਪੁਲਿਸ ਵੀ ਸ਼ਾਂਤੀਪੂਰਵਕ ਖੜੀ ਹੈ ਤੇ ਕਿਸੇ ਵੀ ਤਰ੍ਹਾਂ ਦੀ ਉੱਥੇ ਤਣਾ ਨਹੀਂ ਹੈ ਪਿੱਛੇ ਹਾਈਵੇ ਤੇ ਜੋ ਕਿ ਇਸ ਪੁਆਇੰਟ ਤੋਂ 1 ਕਿਲੋਮੀਟਰ ਦੂਰ ਜਗ੍ਹਾ ਹਾਈਵੇ ਤੇ ਕੁਝ ਲੋਕਾਂ ਨੇ ਪੁਲਿਸ ਦੀ ਗੱਡੀਆਂ ਨੂੰ ਬਲੌਕ ਕੀਤਾ ਸੀ ਤਾਂ ਉਹ ਇਲੀਗਲੀ ਨੈਸ਼ਨਲ ਹਾਈਵੇ ਤੇ ਬੈਠ ਕੇ ਪੁਲਿਸ ਦੀ ਮੂਵਮੈਂਟ ਨੂੰ ਬਲੌਕ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਬੰਦਿਆਂ ਨੂੰ ਅਸੀਂ ਜ਼ਰੂਰ ਅਰੈਸਟ ਕੀਤਾ ਹੈ ਕਿਉਂਕਿ ਇਹ ਇਲੀਗਲ ਹੈ ਧਰਨੇ ਵਾਲੀ ਜਗ੍ਹਾ ਤੇ ਸਭ ਕੁਝ ਸ਼ਾਂਤੀਪੂਰਵਕ ਹੈ ਤੇ ਉਸ ਤੋਂ 1 ਕਿਲੋਮੀਟਰ ਦੇ ਦਾਰੇ ਸਭ ਕੁਝ ਸ਼ਾਂਤੀਪੂਰਵਕ ਚੱਲ ਰਿਹਾ ਹੈ ਤੇ ਸਿਚੁਏਸ਼ਨ ਬਿਲਕੁਲ ਅੰਡਰ ਕੰਟਰੋਲ ਹੈ ਮੈਂ ਕਿਹਾ ਬਿਫੋਰ ਕਿਤੇ ਹਾਂ ਤਾਂ ਅਸੀਂ ਜੀ ਮੈਂ ਸਪੌਟ ਤੇ ਆ ਮੇਰੇ ਆਫੀਸਰਸ ਉੱਥੇ ਆ ਆਪਾਂ ਤੁਹਾਨੂੰ ਐਗਜ਼ੈਕਟ ਡਿਟੇਲਸ ਦੱਸ ਦਾਂਗੇ ਬਟ ਜਿਨ੍ਹਾਂ ਜਿਨ੍ਹਾਂ ਨੇ ਪੁਲਿਸ ਦੀ ਗੱਡੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਸਿਰਫ ਉਹਨਾਂ ਨੂੰ ਡੀਟੇਨ ਕੀਤਾ ਹੈ ਸੀ ਸਰ ਉਹ ਵੀ ਇਹ ਗੱਲ ਕਹਿ ਰਹੇ ਨੇ ਸਾਡੇ ਜਿੱਥੇ ਦਰਨਾ ਚੁੱਕਿਆ ਗਿਆ ਐਂਟਰੀ ਤੋਂ ਜੀ ਸੀਸੀਟੀਵੀ ਕੈਮਰਾ ਲੱਗੋ ਸਿਸਟਮ ਕੈਮਰਾ ਕੀ ਕਰ ਸਕਦੇ ਕਿ ਕਿੰਨੀਆਂ ਨੇ ਗੱਡੀਆਂ ਰੋਕੀਆਂ ਸਾਡਾ ਕੋਈ ਵੀ ਕਿਸਾਨਾ ਕੋਈ ਜਾਂ ਪੇਟਵਾਸੀ ਕਿਸੇ ਨੇ ਵੀ ਗੱਡੀ ਨਹੀਂ ਰੋਕੀ ਨਹੀਂ ਸਾਡੇ ਕੋਲ ਜੀ ਪ੍ਰੋਪਰ ਵੀ ਹੈ ਵੀਡੀਓਗ੍ਰਾਫਿਕ ਐਵੀਡੈਂਸ ਜਿਹੜਾ ਸਾਡਾ ਅਸੀਂ ਐਫਆਈਆਰ ਨਾ ਲਗਾਵਾਂਗੇ ਉੱਥੇ ਦਰੀ ਬਚਾ ਕੇ ਤਰਨਾ ਕਰ ਤੇ ਪ੍ਰੋਪਰ ਐਵਿਡੈਂਸ ਤੋਂ ਬਾਅਦ ਹੀ ਕਾਰਵਾਈ ਹੋਈ ਹੈ ਮੈਂ ਜਿਹੜਾ ਦਰਨਾ ਲੱਗਿਆ ਕਿ ਫੈਕਟਰੀ ਚੱਲਦਾ ਹੈ ਇਹਨਾਂ ਨੂੰ ਖਤਮ ਕਰਾਇਆ ਜਾਵੇ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦੀਆਂ ਕਿ ਅ तकरीबन ਜੁਲਾਈ ਮਹੀਨੇ ਤੋਂ ਇਹ ਦਰਨਾ ਜਾ ਰਹੀ ਹੈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਕਲੀਅਰ ਇਨਸਟਰਕਸ਼ਨਸ ਹੈ ਕਿ ਦਰਨਾ ਜਿਹੜਾ ਹੈ ਫੈਕਟਰੀ ਤੋਂ 300 ਮੀਟਰ ਦੂਰ ਲਾਇਆ ਜਾਵੇ ਤੇ ਫੈਕਟਰੀ ਦੀ ਆਵਾਜਾਈ 'ਚ ਕੋਈ ਵੀ ਰੁਕਾਵਟ ਨਾ ਕੀਤੀ ਜਾਵੇ ਅਸੀਂ ਇਹਦੇ ਰਿਲੇਟਿਡ ਐਫ ਆਈ ਆਰ ਵੀ ਦਰਜ ਕੀਤੀ ਹੈ ਕੱਲ ਜਿਹੜੇ ਵੀ ਦਰਨੇ ਵਿੱਚ ਸ਼ਾਮਲ ਸੀ ਕਿਉਂਕਿ ਮਾਨਯੋਗ ਹਾਈ ਕੋਰਟ ਦੇ ਹੁਕਮ ਸੀ ਇਹਦੇ ਬਾਰੇ ਤੇ ਜੋ ਵੀ ਅੱਗੇ ਕਾਰਵਾਈ ਕਰਾਂਗੇ ਕਾਨੂੰਨ ਦੇ ਹਿਸਾਬ ਨਾਲ ਕਰਾਂਗੇ ਤੇ ਪੀਸਫੁੱਲ ਕਾਰਵਾਈ ਕਰਾਂਗੇ ਸਾਰੇ ਲੋਕਾਂ ਨੂੰ ਨਹੀਂ ਰੋਕ ਲਗਾਏਗੇ ਉਹਨਾਂ ਦਾ ਕਰਾਮਚੂ ਵੀ ਉਹਨਾਂ ਨਾਲ ਕੀਤਾ ਜਾ ਰਿਹਾ ਆ ਜੀ ਕੁਝ ਜਿਹੜੇ ਸਾਨੂੰ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਮੈਨੂੰ ਹਰ ਹਰਿਆਣਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਹੁਕਮ ਦਿੱਤੇ ਸੀ ਕਿ ਇਹ ਜਿਹੜੇ ਦਰਨਾਕਾਰੀ ਐ ਇਲੀਗਲ ਤਰੀਕੇ ਨਾਲ ਬੈਠੇ ਆ ਜੋ ਕਿ ਕਲੀਅਰ ਹੈ ਉਸਤੇ ਵਾਇਲੇਸ਼ਨ ਤੇ ਐਫਆਈਆਰ ਵੀ ਹੋਈ ਹੈ ਜਿਹੜੀ ਜਿਹੜੀ ਧਾਰਾ ਚ ਐਫਆਈਆਰ ਹੋਈ ਹੈ ਉਹ ਦਰਜ ਕੀਤੀ ਹੈ ਤੇ ਉਹ ਪਬਲਿਕ ਚ ਵੀ ਹੈ ਹੁਣ ਤੇ ਜਿਹੜੇ ਧਰਨਾਕਾਰੀ ਉਹਨਾਂ ਚ ਸ਼ਾਮਲ ਸੀ ਕੁਝ ਅਸੀਂ ਅਰੈਸਟ ਕੀਤੇ ਹਨ ਡੀਟੇਨ ਕੀਤੇ ਹਨ ਹਾਈ ਕੋਰਟ ਦੇ ਹੁਕਮਾਂ ਦੀ ਕੰਪਲਾਈਂਸ ਕੀਤੀ ਹੈ ਬਟ ਮੌਕੇ ਤੇ ਸਿਚੁਏਸ਼ਨ ਬਿਲਕੁਲ ਅੰਡਰ ਕੰਟਰੋਲ ਹੈ ਤੇ ਪੁਲਿਸ ਉੱਥੇ ਪੂਰੀ ਡਿਪਲੋਇਡ ਹੈ ਪੀਸਫੁੱਲ ਹੈ ਤੇ ਸਾਰਾ ਕੁਝ ਠੀਕ ਹੈ ਅਸੀਂ ਦੇਖੋ ਜੀ ਅਸੀਂ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਆ ਸਾਡੀ ਪੂਰੀ ਫੋਰਸ ਡਿਪਲੋਇਡ ਹੈ ਜੋ ਵੀ ਕਾਰਵਾਈ ਹੋਏਗੀ ਲਾਫੁੱਲ ਤਰੀਕੇ ਨਾਲ ਹੋਏਗੀ ਕੋਈ ਟਾਈਮ ਨਹੀਂ ਮੈਂ ਦੱਸ ਸਕਦੀ ਬਟ ਕਾਨੂੰਨਨ ਤਰੀਕੇ ਨਾਲ ਜੋ ਵੀ ਕਾਰਵਾਈ ਹੋਏਗੀ ਲਾਫਲੀ ਪੁਲਿਸ ਕਰੇਗੀ ਸਰ ਜਿਹੜਾ ਹੁਣ ਤਰਨਾ ਕਿਹਦੇ ਚਿੱਤੇ ਵਿੱਚ ਜਾ ਰਿਹਾ ਛੜਪੜ ਤੇ ਘੁੱਟਦਾ ਜਿਹੜੇ ਪੈਸਾਂਗੇ ਉਸ ਤੋਂ ਬਾਅਦ ਚੁੱਕੇ ਜਾਣਗੇ ਜੀ ਜੀ ਮੈਂ ਤੁਹਾਨੂੰ ਫੇਰ ਇਹੀ ਗੱਲ ਕਹਿ ਰਹੀ ਹਾਂ ਕਿ ਮੈਂ ਟਾਈਮ ਲਾਈਨ ਕੋਈ ਨਹੀਂ ਦੇ ਸਕਦੀ ਬਟ ਜੋ ਵੀ ਕਾਰਵਾਈ ਹੋਏਗੀ ਕਾਨੂੰਨ ਦੇ ਹਿਸਾਬ ਨਾਲ ਹੀ ਹੋਏਗੀ ਕਾਰਵਾਈ ਹੋਏਗੀ ਜਰੂਰ ਮੈਂ ਕਾਰਵਾਈ ਤਾਂ ਜੀ ਸ਼ੁਰੂ ਹੋ ਚੁੱਕੀ ਹੈ ਪਹਿਲੇ ਹਫਤੇ ਤੋਂ ਹੀ ਸ਼ੁਰੂ ਹੈ ਸਾਡੀ ਕਾਰਵਾਈ ਤਾਂ ਪੁਲਿਸ ਫੋਰਸ ਡਿਪਲੋਇਡ ਹੈ ਤੁਹਾਨੂੰ ਤੁਸੀਂ ਦੇਖ ਰਹੇ ਹੋ ਭਾਰੀ ਮਾਤਰਾ 'ਚ ਸਾਡੇ ਮੁਲਾਜ਼ਮ ਵੀ ਉੱਥੇ ਹਾਜ਼ਰ ਹੈ ਆ 13 PAP ਤੋਂ ਕੱਲ ਇੱਕ ਮੁਲਾਜ਼ਮ ਦੀ ਮੌਤ ਵੀ ਹੋ ਗਈ ਜਿਹੜਾ ਜ਼ੀਰੇ ਡਿਊਟੀ ਤੇ ਆਏ ਸੀ ਬਹੁਤ ਦੁਖਦ ਘਟਨਾ ਹੈ ਤਾਂ ਸਾਡੀ ਪੁਲਿਸ ਫੋਰਸ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਸਾਰਾ ਕੁਝ ਪੀਸਫੁਲ ਤਰੀਕੇ ਨਾਲ ਨਿਬੜ ਜਾਏ ਤੇ ਸਾਰੀ ਸੈਂਸਰਿਟੀ ਤੇ ਡੈਡੀਕੇਸ਼ਨ ਨਾਲ ਸਾਡੀ ਫੋਰਸ ਕੰਮ ਕਰ ਰਹੀ ਹੈ ਸਾਡਾ ਤੁਸੀਂ ਅਪੀਲ ਕੋਈ ਕਰਨਾ ਚਾਹੋਗੇ ਧਰਨਾ ਬੰਦ ਹੋ ਜਾਵੇ ਅ ਬਿਲਕੁਲ ਜੀ ਮੇਰੀ ਇਹੀ ਅਪੀਲ ਹੈ ਧਰਨਾ ਕਾਰਜ ਨੂੰ ਆਲੇ ਦੋਲੇ ਦੇ ਪਿੰਡ ਵਾਸੀਆਂ ਨੂੰ ਕਿ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਅਸੀਂ ਪਾਲਣਾ ਕਰੀਏ ਲਾਫੁਲ ਤਰੀਕੇ ਨਾਲ ਅਸੀਂ ਜੋ ਵੀ ਆਪਣਾ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਕਰੀਏ ਲੋਫਲ ਤਰੀਕੇ ਨਾਲ ਜੋ ਪ੍ਰਦਰਸ਼ਨ ਕੀਤਾ ਜਾਵੇਗਾ ਪੁਲਿਸ ਵੀ ਉਹਨਾਂ ਦੇ ਨਾਲ ਹੈ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਾਈ ਜਾਏਗੀ 300 ਮੀਟਰ ਦੂਰ ਜੋ ਵੀ ਤਰਨਾ ਲਾਇਆ ਜਾਏਗਾ ਉੱਥੇ ਆਪਾਂ ਵੀ ਆਪਣੀ ਡਿਪਲॉयਮੈਂਟ ਕਰਾਂਗੇ ਤੇ ਇਨਸ਼ੋਰ ਕਰਾਂਗੇ ਕਿ ਤਰਨਾ ਕਰੀਆਂ ਨੂੰ ਵੀ ਉੱਥੇ ਕੋਈ ਪ੍ਰੋਬਲਮ ਨਾ ਆਵੇ ਮੈਮ ਇਸ ਵੇਲੇ ਕੋਈ ਟੋਟਲ ਕਿੰਨੀ ਕੁ ਫੋਰਸ ਲੱਗੀ ਹੈ ਸਾਡੇ ਜੀ ਵੱਖ-ਵੱਖ ਯੂਨਿਟਸ ਤੋਂ ਆਏ ਤਕਰੀਬਨ 2000 ਦੀ ਪੁਲਿਸ ਫੋਰਸ ਨਫਰੀ ਸਾਡੇ ਕੋਲ ਫਿਰੋਜ਼ਪੁਰ ਆਈ ਹੋਈ ਹੈ ਸ਼ਿਫਟ ਵਾਈਜ਼ ਸਾਡੀ ਡਿਊਟੀ ਚੱਲ ਰਹੀ ਹੈ ਤੇ ਪੂਰੀ ਪੀਸਫੁਲ ਡਿਊਟੀ ਚੱਲ। ਹਲਾਕਿਸਤਾਨਿਕ ਲੋਕਾਂ ਦਾ ਕਹਿਣਾ ਹੈ ਕਿ ਜੋ ਸਰਾਬ ਫੈਕਟਰੀ ਆ ਇਸ ਦੇ ਨਾਲ ਜਿਹੜਾ ਪਾਣੀ ਆ ਪਾਣੀ ਦੇ ਵਿੱਚ ਬੇਹੱਦ ਜ਼ਹਿਰੀਲਾ ਪ੍ਰਦਾਰਥ ਆ ਰਿਹਾ ਕਾਲਾ ਪਾਣੀ ਆ ਰਿਹਾ ਤੇ ਕੈਂਸਰ ਅਤੇ ਚਮੜੀ ਦੇ ਰੋਗ ਹੋ ਰਹੇ ਨੇ ਜਿਸ ਨੂੰ ਲੈ ਕੇ ਫਸਲਾਂ ਵੀ ਖਰਾਬ ਹੋ ਰਹੀਆਂ ਨੇ ਜਿਸ ਨੂੰ ਲੈ ਕੇ ਫੈਕਟਰੀ ਬੰਦ ਕਰਨ ਦੀ ਗੱਲ ਕੀਤੀ ਜਾ ਰਹੀ ਆ। ਵਾਰਾਜ ਦੇ ਪੁਲਿਸ ਦੇ ਵੱਲੋਂ ਹਲਕਾ ਬਲ ਪ੍ਰਯੋਗ ਕੀਤਾ ਗਿਆ ਤੇ ਕਈ 100 ਤੋਂ ਜ਼ਿਆਦਾ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਤੇ ਜਿਹੜਾ ਸਥਾਨਿਕ ਲੋਕਾਂ ਦੀ ਗ੍ਰਿਫਤਾਰੀ ਕੀਤੀ ਗਈ ਆ ਪਰ ਉੱਥੇ ਹੀ ਐਸਐਸਪੀ ਦਾ ਕਹਿਣਾ ਹੈ ਕਿ ਅਸੀਂ ਅਦਾਲਤ ਦੇ ਹੁਕਮਾਂ ਦੇ ਤਹਿਤ ਕਾਰਵਾਈ ਕੀਤੀ ਤੇ ਇਹ ਵੀ ਕਿਹਾ ਕਿ ਸ਼ਰਾਬ ਵਾਲੀ ਫੈਕਟਰੀ ਤੋਂ 300 ਮੀਟਰ ਦੂਰ ਕੋਈ ਵੀ ਧਰਨਾ ਲਗਾ ਸਕਦਾ ਅਸੀਂ ਵੀ ਸਾਥ ਦੇਵਾਂਗੇ ਤੇ ਫਿਲਹਾਲ ਜਿਹੜਾ ਮਾਹੌਲ ਬੇਹਦ ਤਣਾਅਪੂਰਨ ਹੋ ਗਿਆ ਸੀ ਤੇ ਪਰ ਫਿਲਹਾਲ ਇਸ ਮਾਹੌਲ ਤੇ ਜੋ ਮੌਕੇ ਤੇ ਪੁਲਿਸ ਨੇ ਕਾਰਵਾਈ ਕੀਤੀ ਹੈ ਉਸ ਨੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੇ ਹੁਣ ਐਸਐਸਪੀ ਦਾ ਬਿਆਨ ਸਾਹਮਣੇ ਆਇਆ